ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੀ ਤਾਜ਼ਾ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਰੁਕ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ ਵਿਦੇਸ਼ ਗਏ ਲੋਕਾਂ ਨੂੰ ਵਾਪਸ ਮੋੜ ਲਿਆਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸਰਕਾਰ ਉੱਪਰ ਵੱਡੀਆਂ ਉਮੀਦਾਂ ਹਨ ਉਹਨਾਂ ਦਾਵਾ ਕੀਤਾ ਕਿ ਉਹ ਜੇ ਆ ਪੰਜਾਬ ਸਿਰਜਣਗੇ ਜਿਸ ਵਿੱਚ ਵਿਦੇਸ਼ ਗਏ ਲੋਕਾਂ ਨੂੰ ਵੀ ਵਾਪਸ ਮੋੜ ਆਨ ਲਿਆਉਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਹਰ ਵਸਦੇ ਪੰਜਾਬੀਆਂ ਨੂੰ ਵੀ ਮੋੜ ਲਿਆਵਾਂਗੇ ਉਹ ਸਰੀਰਕ ਤੌਰ ਤੇ ਬਾਹਰ ਚਲੇ ਗਏ ਪਰ ਦਿਲ ਦਿਮਾਗ ਇੱਥੇ ਹੀ ਨੇ ਉਹਨਾਂ ਨੂੰ ਦੁਬਾਰਾ ਰੰਗਲੀ ਪੰਜਾਬ ਵੱਲ ਮੋੜਾਂਗੇ ਅਗਲੀ ਖਬਰ ਕੈਨੇਡਾ ਵਿੱਚ 2 ਹਫ਼ਤਿਆਂ ਵਿੱਚ 5 ਪੰਜਾਬੀਆਂ ਦਾ ਕਤਲ ਹੋਇਆ ਹੈ ਚਿੰਤਾਜਨਕ ਰੁਝਾਨ ਵਿੱਚ ਕੈਨੇਡਾ ਵਿੱਚ ਸਿਰਫ 2 ਹਫ਼ਤਿਆਂ ਵਿੱਚ ਵੱਖ-ਵੱਖ ਨਾਮਾਂ ਵਿੱਚ 5 ਪੰਜਾਬੀਆਂ ਦਾ ਹੱਤਿਆਵਾਂ ਹੋਈਆਂ ਹਨ ਇਹਨਾਂ ਘਟਨਾਵਾਂ ਕਾਰਨ ਉਹਨਾਂ ਮਾਪਿਆਂ ਦੇ ਵਿੱਚ ਤੈਅਸ਼ਅ ਦਾ ਮਾਹੌਲ ਹੈ ਜਿਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਪੜ੍ਹ ਰਹੇ ਹਨ 24 ਨਵੰਬਰ ਨੂੰ ਖਬਰ ਆਈ ਸੀ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ 18 ਸਾਲਾ ਪੰਜਾਬੀ ਮੂਲ ਦੀ ਨੌਜਵਾਨ ਮਹਿਕਪ੍ਰੀਤ ਸੇਠੀ ਨੂੰ ਹਾਈ ਸਕੂਲ ਦੀ ਪਾਰਕਿੰਗ ਦੇ ਵਿੱਚ ਇੱਕ ਹੋਰ ਨੌਜਵਾਨ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ 10 ਦਸੰਬਰ ਦੀ ਰਾਤ ਨੂੰ ਬ੍ਰੈਮਟਨ ਦੀ ਰਹਿਣ ਵਾਲੀ ਪਵਨਕਪ੍ਰੀਤ ਕੌਰ ਦੀ ਮਿਸੀ ਸਾਗਾ ਦੇ ਪੈਟਰੋ ਕਨੇਡਾ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਮੌਤ ਹੋਈ ਹੈ। ਇਸੇ ਤਰ੍ਹਾਂ ਅਲੱਗ-ਅਲੱਗ ਘਟਨਾਵਾਂ ਹਨ। ਚਿੰਤਾ ਦਾ ਵਿਸ਼ਾ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਜਿਨ੍ਹਾਂ ਦੇ ਬੱਚਿਆਂ ਨੇ ਕਨੇਡਾ ਜਾਣਾ ਹੈ ਜਾਂ ਉੱਥੇ ਕਨੇਡਾ ਦੇ ਵਿੱਚ ਪੜ੍ਹ ਰਹੇ ਹਨ। دہشت ਦਾ ਮਾਹੌਲ ਫੈਲਿਆ ਹੋਇਆ ਹੈ। ਸ਼੍ਰੀ ਮੁਕਸਰ ਸਾਹਿਬ ਤੋਂ ਵੱਡੀ ਖਬਰ ਆਈ ਹੈ ਸੜਕਾ ਹੱਸੇ ਚ ਬਾਪ-ਬੇਟੇ ਦੀ ਮੌਤ ਹੋਈ ਹੈ। ਸ਼੍ਰੀ ਮੁਕਸਰ ਸਾਹਿਬ ਦੇ ਬਠਿੰਡਾ ਮਾਰਗ ਤੇ ਪਿੰਡ ਸੰਧੂ ਗੌਣ ਸੰਗੂ ਤੋਂ ਅਣ ਨੇੜੇ ਹੋਏ ਸੜਕਾ ਹਾਸੇ ਦੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਤੇਜ਼ ਰਫਤਾਰ ਕਾਰ ਅਤੇ ਮੋਟਰਸਾਈਕਲ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਦੇ ਵਿੱਚ ਮੋਟਰਸਾਈਕਲ ਨੂੰ ਅੱਗ ਲੱਗੀ ਟਰੱਕ ਟੱਕਰ ਦੇ ਵਿੱਚ ਮੋਟਰਸਾਈਕਲ ਸਵਾਰੀ ਪਿੰਡ ਕੋਟਲੀ ਅ블ੂ ਵਾਸੀ ਕ੍ਰਿਸ਼ਨ ਕੁਮਾਰ ਅਤੇ ਉਸ ਦੇ بیٹے ਵਕੀਲ ਸਿੰਘ ਦੀ ਹੋਈ ਹੈ ਦੱਸ ਦਈਏ ਕਿ ਵਕੀਲ ਸਿੰਘ ਦਾ ਬੀਤੀ 7 ਦਸੰਬਰ ਨੂੰ ਵਿਆਹ ਹੋਇਆ ਸੀ ਖਬਰ ਨਕੌਦਰ ਤੋਂ ਨਕੌਦਰ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ ਨਕੌਦਰ ਫਗਵਾੜਾ ਰੋਡ ਤੇ ਪਿੰਡ ਤਾਲੀਵਾਲ ਨੇੜੇ ਸਵਿਫਟ ਅਤੇ ਨੋਵਾ ਗੱਡੀ ਵਿੱਚ ਕਰ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਚਾਰ ਲੜਕੀਆਂ ਗੰਭੀਰ ਜ਼ਖਮੀ ਹਨ। ਜ਼ਖਮੀਆਂ ਨੂੰ ਗੰਭੀਰ ਹਾਲਤ ਦੇ ਵਿੱਚ ਨਕੌਦਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ। ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਇਸ ਮੌਕੇ ਡਾਕਟਰ ਪ੍ਰਭਲੀ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ ਦੋ ਨੌਜਵਾਨ ਮ੍ਰਿਤਕ ਹਾਲ ਪਾਈ ਗਏ ਹਨ ਅਤੇ ਚਾਰ ਲੜਕੇ ਗੰਭੀਰ ਜ਼ਖਮੀ ਹਨ ਜਿਨ੍ਹਾਂ ਨੂੰ 108 ਐਂਬੂਲੈਂਸ ਲੈ ਕੇ ਆਈ ਸੀ। ਅਗਲੀ ਖਬਰ ਪੰਜਾਬ ਦੇ ਵਿੱਚ ਬੰਬ ਮਿਲਣ ਤੋਂ ਬਾਅਦ دہشت ਦਾ ਮਾਹੌਲ ਹੈ। ਇਥੋਂ ਦੇ ਪਾਖੜਾ ਨਹਿਰ ਚੋਂ ਬੰਬ ਵਰਗੀ ਚੀਜ਼ ਮਿਲੀ ਹੈ। ਇਸ ਘਟਨਾ ਤੋਂ ਬਾਅਦ ਉੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਗੋਤਾਖੋਰਾਂ ਦੇ ਮੁਖੀ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਪਾਖੜਾ ਨਹਿਰ ਵਿੱਚ ਸੁੱਕਾ ਲੋਕਾਂ ਵੱਲੋਂ ਸੁੱਟੇ ਸਿੱਕੇ ਕੱਢੇ ਜਾ ਰਹੇ ਹਨ ਇਸ ਦੌਰਾਨ ਕਰੀਬ 20 ਤੋਂ 25 ਕਿਲੋ ਵਜਨ ਦੀ ਬੰਬ ਵਰਗੀ ਚੀਜ਼ ਦਿਖਾਈ ਦਿੱਤੀ ਜਿਸ ਬਾਰੇ ਤੁਰੰਤ 100 ਨੰਬਰ ਤੇ ਕਾਲ ਕਰਕੇ ਸੂਚਨਾ ਮਿਲੇ। ਥਾਣਾ ਸਮਾਣਾ ਦੇ ਅਧਿਕਾਰੀ ਰਾਜਵੀਰ ਸਿੰਘ ਤੇ ਹੌਲਦਾਰ ਸੋਮਨਾ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਗੂਤਾਕੁਰ ਦੀ ਮਦਦ ਨਾਲ ਬੰਬ ਵਰਗੀ ਵਸਤੂ ਨੂੰ ਬਾਹਰ ਕੱਢਿਆ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਬੰਬ ਵਰਗੀ ਵਸਤੂ ਨੂੰ ਕਾਬੂ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਪੁਲਿਸ ਨੇ ਫੜਿਆ ਹਾਈ ਕੋਰਟ ਦਾ ਨਕਲੀ ਜਾਜ ਪੰਜਾਬ ਦੇ ਅੰਮ੍ਰਿਤਸਰ ਚ ਦਿੱਲੀ ਹਾਈ ਕੋਰਟ ਦਾ ਜਸਟਿਸ ਬਣ ਕੇ ਕੌਮਰੇ ਇੱਕ ਫਰਜ਼ੀ ਜੱਜ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਫਰਜ਼ੀ ਜੱਜ ਅੰਮ੍ਰਿਤਸਰ ਦੇ ACP ਨੌਰਥ ਵਿਰਿੰਦਰ ਖੂਸਾ ਨੂੰ ਫੋਨ ਕਰਕੇ ਜਾਲ ਦੇ ਵਿੱਚ ਫਸ ਆ ਗਿਆ ਸੀ ACP ਵਿਰਿੰਦਰ ਖੂਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਫਰਜ਼ੀ ਜੱਜ ਤੇ ਸ਼ੱਕ ਹੋਇਆ ਜਦੋਂ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਮੋਲਜਮ ਦੀ ਪਛਾਣ ਮੀਸ਼ੂ ਧੀਰਵਾਸੀ ਸ਼ਾਸਤਰੀ ਨਗਰ ਮਜੀਠਾ ਰੋਡ ਵੱਜੂ ਹੋਈ ਹੈ ਮੋਲਜਮ ਮੀਸ਼ੂ ਨੇ ਆਪਣੇ ਪਰਿਵਾਰ ਨੂੰ ਸੁਰੱਖਿਆ ਦੇਣ ਲਈ ACP ਉੱਤਰ ਉਤਰੀ ਵਰਿੰਦਰ ਹੂਸਨ ਨੂੰ ਫੋਨ ਕੀਤਾ ਸੀ ਮੋਲਜਮ ਨੇ ਆਪਣੀ ਪਛਾਣ ਦਿੱਲੀ ਹਾਈ ਕੋਰਟ ਦੇ ਜਸਟਿਸ ਮੀਸ਼ੂ ਧੀਰਵਾਜੂ ਦੱਸੀ ਪਰ ਗੱਲਬਾਤ ਦੌਰਾਨ ਉਹਨਾਂ ਨੇ ਅਜਿਹੀਆਂ ਗੱਲਾਂ ਕਹੀਆਂ ਜਿਸ ਤੇ ACP ਨੂੰ ਨੌਰਥ ਨੂੰ ਸ਼ੱਕ ਹੋ ਗਿਆ ਨੌਜਵਾਨਾਂ ਲਈ ਜ਼ਰੂਰੀ ਖਬਰ ਜੇ ਨਾ ਪੂਰੀ ਕੀਤੀ ਮਾਨ ਸਰਕਾਰ ਦੀ ਆ ਸ਼ਰਤਾਂ ਨਹੀਂ ਮਿਲੇਗੀ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਦੇ ਚਾਹਵਨ ਲੋਕਾਂ ਲਈ ਜ਼ਰੂਰੀ ਖਬਰ ਹੈ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਨੌਕਰੀਆਂ ਲਈ ਪੰਜਾਬੀ ਭਾਸ਼ਾ ਦਾ ਟੈਸਟ 50% ਦੇ ਅੰਕਾਂ ਨਾਲ ਪਾਸ ਕਰਨ ਦੀ ਸ਼ਰਤ ਲਾਗੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਵਿਭਾਗ ਵਿੱਚ ਗਰੁੱਪ ਸੀ ਸੇਵਾਵਾਂ ਲਈ ਭਰਤੀ ਲਈ ਉਮੀਦਵਾਰਾਂ ਨੂੰ ਪੰਜਾਬੀ ਭਾਸ਼ਾ ਵਿੱਚ 10ਵੀਂ ਜਮਾਤ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰਨੀ ਹੋਵੇਗੀ ਨਿਯਮਾਂ ਅਨੁਸਾਰ ਇਹ ਪ੍ਰੀਖਿਆ ਸੰਬੰਧਿਤ ਭਰਤੀ ਏਜੰਸੀਆਂ ਦੁਆਰਾ ਕਰਵਾਈ ਜਾਵੇਗੀ ਉਮੀਦਵਾਰਾਂ ਨੂੰ ਲਾਜ਼ਮੀ ਤੌਰ ਤੇ ਪ੍ਰੀਖਿਆ 50% ਦੇ ਅੰਕਾਂ ਨਾਲ ਪਾਸ ਕਰਨੀ ਪਵੇਗੀ ਨਹੀਂ ਤਾਂ ਨੌਕਰੀ ਲਈ ਅਯੋਗ ਘਰਾ ਦਿੱਤੇ ਜਾਣਗੇ ਖਬਰ ਬਠਿੰਡਾ ਤੋਂ ਆ ਰਹੀ ਹੈ ਬਠਿੰਡਾ ਦੇ ਵਿੱਚ ਮੋੜ ਖੌਫਨਾਕ ਵਾਰਦਾਤ ਹੋਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ 4 ਸਾਲਾਂ ਬੱਚੇ ਦੀ ਮਾਂ ਨੂੰ ਦਿੱਤੀ ਦਰਦਨਾਕ ਮੌਤ ਗੋਨਿਆਣਾ ਮੰਡੀ ਵਿੱਚ ਬੀਤੇ ਦਿਨ ਡਾਕਟਰ ਸੁਖਮਨੀ ਵਾਲੀ ਗਲੀ ਵਿੱਚ 11-12 ਵਜੇ ਦੇ ਕਰੀਬ ਇੱਕ ਮਕਾਨ ਵਿੱਚ ਕਿਰਾਏ ਤੇ ਰਹਿੰਦੀ ਪ੍ਰਵਾਸੀ ਔਰਤ ਦਾ ਘਰ ਦੇ ਵਿੱਚ ਸ਼ੱਕੀ ਹਾਲਾਤ ਦੇ ਵਿੱਚ ਕਤਲ ਕੀਤੇ ਜਾਂਦਾ ਸਮਾਚਾਰ ਮਿਲਿਆ ਮ੍ਰਿਤਕ ਔਰਤ ਦੀ ਪਛਾਣ ਆਰਤੀ ਪਤਨੀ ਸੰਦੀਪ ਕੌਰ ਦੇ ਵਜੋਂ ਹੋਈ ਹੈ ਨਾਜ਼ਦੀਕ ਦੇ ਮ੍ਰਿਤਕਾ ਆਪਣੇ ਪਿੱਛੇ ਇੱਕ 4 ਸਾਲਾ ਦਾ ਮੁੰਡਾ ਛੱਡ ਗਈ ਹੈ ਜਾਣਕਾਰੀ ਮੁਤਾਬਕ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਆਰਤੀ ਘਰ ਵਿੱਚ ਇਕੱਲੀ ਸੀ ਤੇ ਉਸ ਦਾ ਮੁੰਡਾ ਉਸ ਵੇਲੇ ਸਕੂਲ ਗਿਆ ਹੋਇਆ ਸੀ ਮ੍ਰਿਤਕ ਦਾ ਪਤੀ ਸੰਦੀਪ ਕੁਮਾਰ ਸੰਤ ਫਿਲਿੰਗ ਸਟੇਸ਼ਨ ਭੂਖੜਾ ਵਿਖੇ ਕੰਮ ਕਰਦਾ ਹੈ ਬੀਤੇ ਦਿਨ ਜਦੋਂ ਉਹ ਕੰਮ ਤੋਂ ਆਇਆ ਤਾਂ ਉਸ ਨੂੰ ਇਸ ਵਾਰਦਾਤ ਦਾ ਪਤਾ ਪਤਾ ਜਿਹੜਾ ਹੈ ਲੱਗਿਆ ਅਗਲੀ ਖਬਰ ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਸਕੂਲੀ ਸਿੱਖਿਆ 'ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਮਿਸ਼ਨ 100% ਦੀ ਮੁਹਿੰਮ ਨੂੰ ਸਫਲ ਬਣਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਇਸ ਤਰ੍ਹਾਂ ਸਕੂਲ ਸਿੱਖਿਆ ਵਿਭਾਗ ਦੇ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਇੱਕ ਵੱਡਾ ਫੈਸਲਾ ਲੈਂਦੇ ਸਾਇੰਸ ਗਣਿਤ ਅਤੇ ਅੰਗਰੇਜ਼ੀ ਸਮਾਜਿਕ ਸਿੱਖਿਆ ਦੇ ਵਿਸ਼ੇ ਵਿਸ਼ਿਆਂ ਦੇ ਵਿੱਚ ਲੋਡ ਅਨੁਸਾਰ ਕੰਮ ਕਰ ਰਹੇ 749 ਬਲਾਕ ਅਤੇ ਜ਼ਿਲ੍ਹਾ ਮੈਂਟਰਾਂ ਨੂੰ ਟਰਾਂਸਪੋਰਟ ਦੇ ਹੁਕਮ ਜਾਰੀ ਕੀਤੇ ਹਨ ਸਕੂਲਾਂ ਵਿੱਚ ਤਣਾਤ ਲਈ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਸਿੱਖਿਆ ਮੰਤਰੀ ਅਨੁਸਾਰ ਇਸ ਸਮੇਂ ਇਹਨਾਂ ਵਿਸ਼ਿਆਂ ਦੇ 680 ਵਿਦਿਆਪਕ ਸਕੂਲਾਂ ਵਿੱਚ ਪੜਾਉਣ ਦੀ ਬਜਾਏ ਬਲਾਕ ਮੈਂਟਰ ਅਤੇ 69 ਅਧਿਆਪਕ ਜ਼ਿਲ੍ਹਾ ਮੈਂਟਰ ਵਜੋਂ ਫੀਲਡ ਡਿਊਟੀ ਕਰ ਰਹੇ ਹਨ ਖਬਰ ਰਾਜਸਥਾਨ ਤੋਂ ਮ੍ਰਿਤਕ ਲਾਨੀ ਔਰਤ 7 ਸਾਲ ਬਾਅਦ ਪੁਲਿਸ ਨੇ ਕਾਬੂ ਕੀਤੀ ਹੈ ਕਤਲ ਦੇ ਦੋਸ਼ੀ પતિ ਸਣੇ 9 ਜਿਹੜੇ ਦੋ ਨੇ ਜੇਲ੍ਹ ਦੇ ਵਿੱਚ ਹਨ ਮਹਿੰਦੀਪੁਰ ਬਾਲਾਜੀ ਪੁਲਿਸ ਨੇ ਉਸ ਔਰਤ ਨੂੰ ਹਿਰਾਸਤ ਦੇ ਵਿੱਚ ਲੈ ਜਿਸ ਨੂੰ 7 ਸਾਲ ਪਹਿਲਾਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਜਦਕਿ ਉਸ ਦੇ ਕਤਲ ਤੇ ਦੂਦੂਸ਼ੇ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਪੀੜਤਾ ਨੇ ਮਹਿਲਾ ਦੇ ਟਿਕਾਣੇ ਬਾਰੇ ਮਹਿੰਦੀਪੁਰ ਬਾਲਾਜੀ ਪੁਲਿਸ ਨੂੰ ਸੂਚ ਦਿੱਤੀ ਪੀੜਤ ਸੋਨੂ ਸੋਨੀ ਸੋਨੂ ਸੈਣੀ ਨੇ ਦੱਸਿਆ ਕਿ ਉਸ ਨੇ 2015 ਵਿਚਾਰਦੀ ਨਾਲ ਕੋਰਟ ਮਰਜ ਕੀਤੀ ਸੀ ਵਿਆਦ ਬਾਅਦ ਆਰਤੀ ਨੇ ਪੈਸਿਆਂ ਸਮੇਤ ਜ਼ਮੀਨ ਆਪਣੇ ਨਾਂ ਕਰਵਾਉਣ ਦੀ ਮੰਗ ਕੀਤੀ ਅਸਮਰਥਾ ਜ਼ਾਹਰ ਕਰਨ ਤੇ ਔਰਤ 8 ਦਿਨਾਂ ਬਾਅਦ ਘਰ ਛੱਡ ਕੇ ਚਲੀ ਗਈ ਤੇ ਗਾਇਬ ਹੋ ਗਈ। ਉਸ ਤੋਂ ਬਾਅਦ ਉਸ ਦੀ ਭਾਲ ਕੀਤੀ ਗਈ ਪਰ ਕਿਤੇ ਨਾ ਮਿਲੀ। ਇਸ ਦੌਰਾਨ ਯੂਪੀ ਪੁਲਿਸ ਨੂੰ ਮਤਰਾਂ ਦੀ ਮਗੂਰਾ ਨਹਿਰ ਵਿੱਚ ਲਾवारਸ লাশ ਮਿਲੀ। ਔਰਤ ਦਾ ਪੋਸਟਮਾਰਟਮ ਕੀਤੇ ਬਿਨਾਂ ਉਸ ਦਾ ਸੰਸਕਾਰ ਕਰ ਦਿੱਤਾ ਗਿਆ। 6 ਮਹੀਨੇ ਬਾਅਦ ਜਦੋਂ ਔਰਤ ਦਾ ਪਿਤਾ ਆਪਣੀ ਲਾਪਤਾ ਧੀ ਦੀ ਜਾਂਚ ਕਰ ਲਈ ਪੁਲਿਸ ਕਾਲ ਪਹੁੰਚਿਆ ਤਾਂ ਪੁਲਿਸ ਨੇ ਉਸਨੂੰ ਮ੍ਰਿਤਕ ਔਰ ਦੇ ਫੋਟੋ ਅਤੇ ਕੱਪੜੇ ਦਿਖਾਏ ਇਸ ਦੌਰਾਨ ਔਰਤ ਦੇ ਪਿਤਾ ਸੂਰਜ ਪ੍ਰਸ਼ਾਦ ਨੇ ਉਸ ਦੀ ਪਛਾਣ ਆਪਣੀ ਬੇਟੀ ਆਰਤੀ ਵਜੂ ਕੀਤੀ ਸੂਰਜ ਪ੍ਰਸ਼ਾਦ ਗੁਪਤਾ ਨੇ ਸੋਨੂੰ ਤੋਂ ਗੋਪਾਲ ਸੈਣੀ ਜੀ ਦੀ ਉਸ ਦੀ ਧੀ ਦਾ ਕਤਲ ਕਰਨ ਦਾ ਦੋਸ਼ ਲਗਾਇਆ ਇਸ ਵੇਲੇ ਦੋਵੇਂ ਦੋਸ਼ੀ ਜ਼ਮਾਨਤ ਤੇ ਇਬਾਰ ਹਨ ਉਹਨਾਂ ਨੂੰ ਇਨਸਾਫ ਮਿਲਣ ਦੀ ਉਮੀਦ ਹੈ ਖਬਰ ਲਾਰੈਂਸ ਬਿਸ਼ਨੋਈ ਦਾ ਮੁਖਸਰ ਸਾਹਿਬ ਦੀ ਪੁਲਿਸ ਨੂੰ ਮੌੜ ਮਿਲਿਆ ਤਾਂ ਦੇ ਅੰਦਰ ਰਿਮਾਂਡ ਇੱਥੋਂ ਦੀ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਛੇ ਦਿਨ ਦਾ ਰਿਮਾਂਡ ਪੂਰਾ ਕਰਨ ਤੇ ਸ਼੍ਰੀ ਮੁਖਸਰ ਸਾਹਿਬ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਗੈਂਗਸਟਰ ਦਾ ਤਿੰਨ ਦਿਨ ਦਾ ਪੁਲਿਸ ਦਾ ਰਿਮਾਂਡ ਮਿਲਿਆ ਲਾਰੈਂਸ ਨੂੰ 16 ਦਸੰਬਰ ਦੀ ਸ਼੍ਰੀ ਮੁਖਸਰ ਸਾਹਿਬ ਵਿਖੇ ਮੋੜ ਪੇਸ਼ ਕੀਤਾ ਜਾਵੇਗਾ ਸ਼੍ਰੀ ਮੁਖਸਰ ਸਾਹਿਬ ਨੇ ਅੱਜ 8 ਦਿਨਾਂ ਦਾ ਰਿਮਾਂਡ ਦੀ ਮੰਗ ਕੀਤੀ ਸੀ ਜਿਸ ਤੋਂ ਅਦਾਲਤ ਤੋਂ ਬਾਅਦ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਮੁਖਸਰ ਸਾਹਿਬ ਪੁਲਿਸ ਬਿਸ਼ਨੋਈ ਨੂੰ 2021 ਦੇ ਫਰੋਤੀ ਦੇ ਮਾਮਲੇ ਦੇ ਵਿੱਚ ਲੈ ਕੇ ਇੱਥੇ ਆਏ ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਦਾ ਦਿਹਾਂਤ ਹੋ ਗਿਆ ਅਕਾਲੀ ਦਲ ਦੇ ਸਰਪ੍ਰਸਤ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦਿਹਾਂਤ ਹੋਇਆ ਉਹਨਾਂ ਨੇ ਪੀਜੀਆ ਵਿੱਚ ਆਖਰੀ ਸਾਹ ਲਿਆ ਬੁੱਧਵਾਰ ਦੁਪਹਿਰ 2 ਵਜੇ ਤੇਜ ਉਹਨਾਂ ਨੇ ਜੱਦੀ ਪਿੰਡ ਬ੍ਰਹਮਪੁਰਾ ਇਸ ਸੰਸਕਾਰ ਹੋਵੇਗਾ ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਿਲਜੀਤ ਸਿੰਘ ਜੀਮਾ ਨੇ ਦਿੱਤੀ ਡੂਰ ਸਾਹਿਬ ਤੋਂ ਸੰਸਾਪਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਕਰੀਬ 3 ਮਹੀਨਿਆਂ ਤੋਂ ਬਿਮਾਰ ਸਨ ਅਗਲੀ ਖਬਰ ਨਵੇਂ ਪਟਵਾਰੀਆਂ ਦੀ ਭਰਤੀ ਨਾਲ ਲੋਕਾਂ ਨੂੰ ਸੇਵਾਵਾਂ ਸਮੇਂ ਸਿਰ ਮੁਹੱਈਆ ਹੋਣਗੀਆਂ ਪੰਜਾਬ ਦੇ ਬਾ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਮੰਤਰੀ ਮੱਖ ਭਗਵੰਤ ਮਾਨ ਦੀ ਗਵਾਈ ਵਿੱਚ ਮਾਲ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਦਿਨੋ-ਦਿਨ ਸੁਧਾਰ ਹੋ ਗਿਆ। ਪਿਛਲੀਆਂ ਸਰਕਾਰਾਂ ਦੌਰਾਨ ਮਾਲ ਵਿਭਾਗ ਦੇ ਕੰਮ ਕਰਨ ਦੇ ਤਰੀਕਿਆਂ ਤੋਂ ਆਮ ਜਨਤਾ ਬਹੁਤ ਦੁਖੀ ਸੀ ਪਰ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੇਵ ਦੇ ਸਿਵਾ ਸੰਭਾਲੀਏ ਲੋਕਾਂ ਦੇ ਕੰਮਾਂ ਵਿੱਚ ਬਿਨਾਂ ਸਫਾਰਸ਼ ਅਤੇ ਬਿਨਾਂ ਰਿਸ਼ਵਤ ਹੋ ਰਹੀ ਹਨ। ਅਗਲੀ ਖਬਰ ਐਸਐਸਪੀ ਦੀ ਨਿਯੁਕਤੀ ਨੂੰ ਲੈ ਕੇ ਛਿੜੇ ਵਿਵਾਦ ਮਗਰੋਂ ਰਾਜਪਾਲ ਕੋਲ ਪਹੁੰਚੇ ਸੀ ਐਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸੂਬੇ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਨੂੰ ਪੱਤਰ ਲੈ ਕੇ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਪੰਜਾਬ ਕਾਰਡਰ ਦੇ ਆਈਪੀਐਸ ਅਧਿਕਾਰੀ ਨੂੰ ਫਾਰਗ ਕਰ ਦੇਣ ਤੇ ਜ਼ੋਰ ਰਾਸ ਰੋਸ ਜਿਹੜਾ ਜाहिर ਕੀਤਾ ਐਮਐਲ ਬਲਜਿੰਦਰ ਗੌਰ ਨੂੰ ਮੁੱਖ ਵਿੱਪ ਵਿੱਚੋਂ ਮਿਲਿਆ ਅਹੁਦਾ ਖੈਰਾ ਨੇ ਚੁੱਕੇ ਸਵਾਲ ਰਾਜਪਾਲ ਨੂੰ ਲਿਖੀ ਪੱਤਰ ਵਿੱਚ ਮੁੱਖ ਮੰਤਰੀ ਨੇ ਉਹਨਾਂ ਨੂੰ ਜਾਣੂ ਕਰਵਾਇਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਉੱਤੇ ਰਵਾਇਤੀ ਤੌਰ ਉੱਤੇ ਪੰਜਾਬ ਕਾਡਰ ਦਾ ਆਈਪੀਐਸ ਅਧਿਕਾਰੀ ਹੀ ਤੈਨਾਤ ਹੁੰਦਾ ਹੈ ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਮਿਲਦੇ ਹਾਂ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਿਨ ਦੇ ਨਾਲ ਤਦ ਤੱਕ ਦਿਲੀ ਸਤਿ ਸ੍ਰੀ ਅਕਾਲ ਮਿਹਰਬਾਨੀ ਧੰਨਵਾਦ ਜੀ